इंडियन डॉक्टर्स फॉर पीस एंड डेवलपमेंट IDPD, भारत जन ज्ञान विज्ञान जत्था और सोशल थिंकर्स फोरम ने नए साल 2024 को विश्व शांति और सद्भाव के वर्ष की शुभकामना देने के लिए रैली की है। इसमें उन्होंने दुनिया के कई हिस्सों में चल रहे युद्धों को खत्म कर शांति के लिए आवाज उठाई। आरती चौक लुधियाना में आयोजित रैली में उन्होंने गाजा पर इजरायली हमले को तत्काल रोकने का आह्वान किया। हालांकि हमास की हरकतों को माफ नहीं किया जा सकता। मैं जगमोहन सिंह सर, आज की अज मतलब के डॉक्टर्स फॉर पीस ते दो होर ऑर्गेनाइजेशन जिहड़ियां हैगियां ने, मतलब तार तो ज्ञान विज्ञान जत्था ते सिटीजन फॉर ने, सो बेसिक इशू यह है कि अज मतलब कांड हो रहा है बच्चों का गाजा विच, मतलब उहदे नाल एक बहुत वड्डा एनवायरमेंटल जिहड़ा है कि इंसानियत उत्ते है। और लुधियाना क्योंकि उत्थों ताहिर ने कभी कहा सी कि जंग खुद ही एक मसला है, मसलों का हल क्या देगी, आग और खून आज बख्शेगी और भूख और प्यास कल देगी। तो इसे तरह बाबे नानक ने मतलब बाबर के खिलाफ कहा सी, कहती मार पई कुरलाने तै की दर्द ना, तो उस आवाज़ को बुलंद करते हुए मतलब अज यह है कि अगला साल जो 2024 आ रहा है उसदे च असी मतलब ये आशा करते हैं कि लोगों की यह आवाज़ जी है ਉਹ ਅਮਨ ਤੇ ਸ਼ਾਂਤੀ ਨੂੰ ਲਿਆਏਗੀ, ਜੰਗ ਨੂੰ ਖਤਮ ਕਰ। ਲੋਕ ਹੈ ਕਿ ਲੋਕਾਂ ਨੂੰ ਚੇਤਨ ਹੋਣਾ ਚਾਹੀਦਾ ਕਿਉਂਕਿ ਇਹ ਜੰਗ ਤੁਹਾਡੇ ਘਰ ਤੱਕ ਆ ਜਾਏਗੀ ਔਰ ਜਿਸ ਲਾਲਚ ਨਾਲ ਇਹ ਜੰਗ ਹੋ ਰਹੀ ਹੈ, ਕੱਲ੍ਹ ਨੂੰ ਜਦੋਂ ਤੁਹਾਡੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧੇ ਫਿਰ ਤੁਹਾਨੂੰ ਪਤਾ ਲੱਗਣਾ, ਕਿਉਂਕਿ ਯੂਰਪ ਨੂੰ ਦੀ ਜਿਹੜੀ ਆਇਲ ਮਾਰਕੀਟ ਹੈ ਅਮਰੀਕਾ ਦੀਆਂ ਕੰਪਨੀਆਂ ਅਤੇ ਇੰਗਲੈਂਡ ਦੀਆਂ ਕੰਪਨੀਆਂ ਉਹਦੇ 'ਤੇ ਕਬਜ਼ਾ ਕਰਨਾ ਚਾਹੁੰਦੀਆਂ, ਜਿਹਦੇ ਕਰਕੇ ਯੂਕਰੇਨ ਦੀ ਜੰਗ ਹੁਣ ਉਹ ਗਾਜ਼ਾ ਦੀ ਹੋ ਰਹੀ ਹੈ। ਔਰ ਗਾਜ਼ਾ ਵਿੱਚ ਵੀ ਜਿਸ ਤਰ੍ਹਾਂ ਬੱਚਿਆਂ 'ਤੇ ਮਾਰਿਆ ਜਾ ਰਿਹਾ ਹੈ ਔਰ ਹਸਪਤਾਲਾਂ ਨੂੰ ਖਤਮ ਕੀਤਾ ਜਾ ਰਿਹਾ, ਉਹਨਾਂ ਦੇ ਜਿਹੜੇ ਮਤਲਬ ਰਿਫਿਊਜ਼ੀ ਕੈਂਪ ਨੇ ਉਹਨਾਂ 'ਤੇ ਹਮਲਾ ਕੀਤਾ ਜਾ ਰਿਹਾ, ਇਹਨੂੰ ਵੱਡਾ ਇਨਸਾਨੀਅਤ ਉੱਤੇ ਕੋਈ ਹੋਰ ਹੋ ਨਹੀਂ ਸਕਦਾ। ਉਹਦੇ ਖਿਲਾਫ਼ ਲੋਕਾਂ ਨੂੰ ਇੱਕ ਆਵਾਜ਼ ਹੋਣਾ ਚਾਹੀਦਾ, ਕਿਉਂਕਿ ਜੇ ਸ਼ਾਂਤੀ ਮਤਲਬ ਉੱਥੇ ਹੋਏਗੀ ਸਾਡੇ ਤਾਂ ਹੀ ਇੱਥੇ ਸਾਨੂੰ ਕੁਛ ਮਿਲ ਸਕਦਾ। ਡਾਕਟਰ ਅਰੁਣ ਮਿਤਰਾ, ਮੈਂ ਪ੍ਰਧਾਨ ਇੰਡੀਅਨ ਡਾਕਟਰਸ ਫੋਰ ਪੀਸ ਐਂਡ ਡਿਵੈਲਪਮੈਂਟ। ਅੱਜ ਅਸੀਂ ਡਾਕਟਰਾਂ ਵੱਲੋਂ ਅਤੇ ਹੋਰ ਨਾਗਰਿਕਾਂ ਵੱਲੋਂ ਇੰਡੀਅਨ ਡਾਕਟਰਸ ਫੋਰ ਪੀਸ ਐਂਡ ਡਿਵੈਲਪਮੈਂਟ, ਭਾਰਤ ਜਨ ਗਿਆਨ ਵਿਗਿਆਨ ਜੱਥਾ, ਸੋਸ਼ਲ ਥਿੰਕਰਸ ਫੋਰਮ ਅਤੇ ਹੋਰ ਅਨੇਕਾਂ ਸੰਸਥਾਵਾਂ ਵੱਲੋਂ ਇੱਥੇ ਜੁੜੇ ਹਾਂ, ਇਸ ਲਈ ਕਿ ਵਿਸ਼ਵ ਵਿੱਚ ਸ਼ਾਂਤੀ ਹੋਏ। ਪਿਛਲਾ ਜਿਹੜਾ ਸਾਲ ਹੁਣ ਚੱਲ ਰਿਹਾ, ਜਿਹੜਾ ਸਾਲ ਖਤਮ ਹੋਣ ਵਾਲਾ ਹੈ, ਇਸ ਦੇ ਵਿੱਚ ਬਹੁਤ ਹਿੰਸਾ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਵੀ, ਸਾਡੇ ਦੇਸ਼ ਵਿੱਚ। ਇਹ ਸਮਾਪਤ ਹੋਣੀ ਚਾਹੀਦੀ ਹੈ। ਇਜ਼ਰਾਈਲ ਦਾ ਜੋ ਹਮਲਾ ਹੈ ਗਾਜ਼ਾ 'ਤੇ, ਜਿਸ ਦੇ ਨਾਲ 21,000 ਲੋਕ, ਜਿਹਦੇ ਵਿੱਚ 70% ਬੱਚੇ ਅਤੇ ਔਰਤਾਂ ਹਨ, ਮਾਰੇ ਗਏ, 55,000 ਤੋਂ ਉੱਪਰ ਫਟੜ ਹੋ ਚੁੱਕੇ ਹਨ, ਗਾਜ਼ਾ ਤਬਾਹ ਹੋ ਚੁੱਕਿਆ ਹੈ। ਇੰਝ ਜਾਪਦਾ ਹੈ ਕਿ ਇਜ਼ਰਾਈਲ ਦੀ ਮਨਸ਼ਾ ਫਿਲਸਤੀਨੀ ਕੌਮ ਨੂੰ ਸਮਾਪਤ ਕਰਨ ਦੀ ਹੈ। ਉਹ ਕਹਿ ਵੀ ਰਹੇ ਨੇ, ਹੁਣ ਤਾਂ ਓਪਨਲੀ ਖਾਸ ਤੌਰ 'ਤੇ ਕਹਿ ਰਿਹਾ ਉਹਨਾਂ ਦਾ ਪ੍ਰਧਾਨ ਮੰਤਰੀ ਵੀ। ਇਸੇ ਤਰੀਕੇ ਨਾਲ ਹੀ ਜੋ ਰੂਸ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਆਰਮੀਨੀਆ ਦੇ ਲੋਕਾਂ ਦੇ ਨਾਲ ਬੜੀ ਜ਼ਿਆਦਤੀ ਹੋ ਰਹੀ ਹੈ, ਰੋਹਿੰਗੀਆ ਦੇ ਨਾਲ, ਮਤਲਬ ਵੀ ਅੱਜ ਦੇ ਦੌਰ ਦੇ ਵਿੱਚ ਇੱਕ ਗਰੀਬ ਆਦਮੀ ਲਈ ਕੋਈ ਜਗ੍ਹਾ ਹੀ ਨਹੀਂ ਹੈ। ਜੇ ਬਰਮਾ ਦੇ ਗਰੀਬ ਰੋਹਿੰਗੀਆ ਨੂੰ ਉੱਥੋਂ ਕੱਢ ਦਿੱਤਾ ਗਿਆ ਤਾਂ ਸਾਨੂੰ ਕੀ ਇਤਰਾਜ਼ ਉਹਨਾਂ ਨੂੰ ਇੱਥੇ ਰੱਖਣ ਨੂੰ ਕੁਛ ਦੇਰ ਲਈ? ਸਾਡੀ ਸਰਕਾਰ ਆਪ ਹੀ ਉਹਨਾਂ ਦੇ ਖਿਲਾਫ਼ ਉਹਨਾਂ ਦੇ ਪਿੱਛੇ ਪਈ ਹੈ, ਉਹਨਾਂ 'ਤੇ ਦੋਸ਼ ਲਾ ਰਹੀ ਹੈ, UAPA ਸੂਬੇ ਲਾ ਲੁਕੇ, ਇਹ ਸਭ ਗਲਤ ਹੈ।
ਮਣੀਪੁਰ ਦੇ ਵਿੱਚ ਹਿੰਸਾ ਹੋਈ, ਸਾਡੇ ਪ੍ਰਧਾਨ ਮੰਤਰੀ ਹੁਣ ਤੱਕ ਇੱਕ ਲਫ਼ਜ਼ ਨਹੀਂ ਬੋਲੇ। ਅਸੀਂ ਆਪ ਮਣੀਪੁਰ ਗਏ ਹਾਂ, ਸਾਡੀਆਂ ਉੱਥੇ ਮੈਡੀਕਲ ਟੀਮਾਂ ਗਈਆਂ, ਦੋਨੋਂ ਇਲਾਕਿਆਂ ਵਿੱਚ ਗਈਆਂ, ਲੋਕਾਂ ਨੂੰ ਵੰਡ ਦਿੱਤਾ ਗਿਆ ਹੈ, ਈਸਾਈ ਲੋਕ ਇੱਕ ਪਾਸੇ ਪਹਾੜਾਂ 'ਚ ਅਤੇ ਹਿੰਦੂ ਇੱਕ ਪਾਸੇ। ਇਹ ਕਿੱਡੀ ਭੈੜੀ ਗੱਲ ਹੈ ਅਤੇ ਸਾਡਾ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀਂ ਬੋਲੇ ਇਸ ਗੱਲ 'ਤੇ। ਅਸੀਂ ਅਪੀਲ ਕਰਦੇ ਹਾਂ ਪ੍ਰਧਾਨ ਮੰਤਰੀ ਨੂੰ ਕਿ ਉਹ ਕੌਮਾਂਤਰੀ ਪੱਧਰ 'ਤੇ ਇਜ਼ਰਾਈਲ 'ਤੇ ਦਬਾਅ ਪਾਉਣ, ਰੂਸ 'ਤੇ ਦਬਾਅ ਪਾਉਣ, ਯੂਕਰੇਨ 'ਤੇ ਦਬਾਅ ਪਾਉਣ ਕਿ ਸ਼ਾਂਤੀ ਬਹਾਲ ਹੋਏ ਅਤੇ ਸਾਡੇ ਦੇਸ਼ ਦੇ ਅੰਦਰ ਮਣੀਪੁਰ ਦੇ ਵਿੱਚ ਹਿੰਸਾ ਨੂੰ ਸਮਾਪਤ ਕਰਨ ਲਈ ਆਪਣੀ ਭੂਮਿਕਾ ਅਦਾ ਕਰਨ ਅਤੇ ਸਮਾਜਿਕ ਸਦਭਾਵਨਾ ਨੂੰ ਤੋੜਨ ਵਾਲੀਆਂ ਸ਼ਕਤਾਂ ਦਾ ਅਸੀਂ ਵਿਰੋਧ ਕਰਦੇ ਹਾਂ। ਸਮਾਜਿਕ ਸਦਭਾਵਨਾ ਹੀ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਗਗਨਦੀਪ, ਮੈਂ IDPD ਦਾ ਮੈਂਬਰ, ਸਾਡਾ ਇੱਕ ਯਤਨ ਹੈ ਕਿ 2024 ਦੇ ਵਿੱਚ ਵਿਸ਼ਵ ਦੇ ਵਿੱਚ ਸ਼ਾਂਤੀ ਬਹਾਲ ਹੋਵੇ। 2023 ਕਾਫੀ ਵਾਇਲੈਂਟ ਈਅਰ ਰਿਹਾ, ਸਾਰਿਆਂ ਨੂੰ ਪਤਾ ਹੈ ਕਿ ਦੋ ਥਾਵਾਂ 'ਤੇ ਕਾਫੀ ਦੇਰ ਤੋਂ ਯੁੱਧ ਚੱਲਦਾ ਪਿਆ, ਜਿਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਭਾਰਤ ਇੱਕ ਸ਼ਾਂਤੀ ਪ੍ਰੀਆ ਦੇਸ਼ ਹੈ, ਇੱਥੇ ਮਹਾਤਮਾ ਗਾਂਧੀ, ਗੁਰੂ ਨਾਨਕ, ਗੌਤਮ ਬੁੱਧ ਵਰਗੇ ਮਹਾਨ ਦਾਰਸ਼ਨਿਕ ਪੈਦਾ ਹੋਏ ਨੇ ਅਤੇ ਉਹਨਾਂ ਨੇ ਹਮੇਸ਼ਾ ਹੀ ਸ਼ਾਂਤੀ ਦਾ ਉਪਰਾਲਾ ਕੀਤਾ। ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਉਹ ਸਾਡੀ ਆਵਾਜ਼ ਇੰਟਰਨੈਸ਼ਨਲ ਫੋਰਮ ਤੱਕ ਪਹੁੰਚਾਏ। ਇਹ ਇੱਕ ਇੰਟਰਨੈਸ਼ਨਲ ਮੁੱਦਾ ਹੈ, ਲੋਕ ਤਾਂ ਨੈਸ਼ਨਲ ਮੁੱਦੇ ਵਾਸਤੇ ਇਕੱਠੇ ਨਹੀਂ ਹੁੰਦੇ, ਇੰਟਰਨੈਸ਼ਨਲ ਮੁੱਦੇ ਵਾਸਤੇ ਛੋਟੇ ਲੈਵਲ ਦੇ ਉੱਤੇ ਸਾਡਾ ਉਪਰਾਲਾ ਹੈ। ਅਸੀਂ ਜਾਰੀ ਰੱਖਾਂਗੇ, ਅਸੀਂ ਆਪਣੀ ਆਵਾਜ਼ ਆਪਣੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਂਦੇ ਹਾਂ, ਜੋ ਇਜ਼ਰਾਈਲ ਦੇ ਉੱਤੇ, ਕਿਉਂਕਿ ਉਹਨਾਂ ਦੇ ਸੰਬੰਧ ਚੰਗੇ ਨੇ ਇਜ਼ਰਾਈਲ ਨਾਲ, ਉਹ ਉਹਨ ਨੇਤਿਆਂ ਨੂੰ 'ਤੇ ਪ੍ਰੈਸ਼ਰ ਪਾ ਕੇ ਉਸ ਯੁੱਧ ਨੂੰ ਰੋਕਣ ਦੀ ਕੋਸ਼ਿਸ਼ ਕਰਨ। ਅਤੇ ਅਮਰੀਕਾ ਨੂੰ ਵੀ ਅਪੀਲ ਕੀਤੀ ਜਾਣੀ ਚਾਹੀਦੀ ਹੈ ਭਾਰਤ ਵੱਲੋਂ ਕਿ ਦੋਨੇ ਥਾਵਾਂ ਦੇ ਉੱਤੇ ਯੁੱਧ ਨੂੰ ਰੋਕਿਆ ਜਾਵੇ। ਅੱਜ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੱਕ ਜੀ ਜਿਹੜਾ ਪੈਦਲ ਮਾਰਚ ਕੀਤਾ ਗਿਆ? ਇਹ ਅਸੀਂ ਆਰਤੀ ਸਿਨੇਮਾ ਚੌਂਕ ਤੋਂ ਸ਼ੁਰੂ ਕੀਤਾ ਸੀ। ਆਰਤੀ ਸਿਨੇਮਾ ਤੋਂ ਅਸੀਂ ਉੱਥੇ ਪਹਿਲੇ ਸਾਇਲੈਂਟਲੀ ਆਪਣੇ ਪੋਸਟਰ ਦਿਖਾਏ, ਉਸ ਤੋਂ ਬਾਅਦ ਇੱਥੋਂ ਗੁਰਦੁਆਰਾ ਸਾਹਿਬ ਤੋਂ ਹੋ ਕੇ ਵਾਪਸ ਅਸੀਂ ਆਰਤੀ ਸਿਨੇਮਾ ਚੌਂਕ ਤੇ। ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।